2.5 2.5 2.5। सो गाइस मैनू कमेंट करके जरूर दस्यो कि मैं होर लैके आवां स्टिकर इत्थे लोन दूं फैट बाइक ते कि ना लियावां। गाइस सिद्धू मूसेवाले दा स्टिकर ला के रिमूव, जिवें कि मैं पहले भी कहना हुंदा मैं रिमूव कर देने। एक गल होर सच गाइस, फैट बाइक देड़े ना गेयर फिर पंगे पै गए आ, फिर खराब हो गए आ। ਸਤਿ ਸ਼੍ਰੀ ਅਕਾਲ ਸਾਰਿਆਂ ਜਣਿਆਂ ਨੂੰ, ਅਤੇ ਕਿਵੇਂ ਸਾਰੇ ਜਣੇ ਕਰਦਾ ਮੈਂ ਘੈਂਟ ਹੋ ਗਏ। ਅਤੇ ਅੱਜ ਚੱਲੇ ਆਪਾਂ ਕਿਤੇ ਵੀ ਨਹੀਂ ਚੱਲੇ, ਮਤਲਬ ਤੁਹਾਡੇ ਨਿੱਕੇ ਮਾੜੇ ਕੰਮ ਕਰਨੇ ਆ ਅਤੇ ਉਹ ਕਰਦੇ ਹਾਂ। ਮੈਂ ਯਾਰ ਦਾ ਬਾਰੇ ਲਾਤੀ ਪਹਿਲਾਂ ਹੀ, ਅਤੇ ਵੇਖ ਸਕਦੇ ਜੇ ਝੰਡੀ ਯਾਰ ਬੋਲੀ ਸੋਹਣੀ ਲੱਗਦੀ ਜਿਹੜੀ ਰਹਿ, ਜਦੋਂ ਲਹਿਰ ਹੁੰਦੀ ਹੈ ਨਾ ਹਵਾ ਦੇ ਨਾਲ ਬੜੀ ਸੋਹਣੀ ਲੱਗਦੀ ਹੈ। ਅਤੇ ਚਲੋ ਚੱਲਦੇ ਪਹਿਲਾਂ ਤਾਂ ਸੋਚੋ ਤਾਂ ਚੱਲੀਏ। ਜਿਵੇਂ ਤੁਸੀਂ ਯਾਰ ਵਿਸਦੇ ਸਾਰੇ ਜਣੇ, ਕਣਕਾਂ ਵੀ ਬਣਾਉਣੀ ਅਤੇ ਨੜ ਵੀ ਬਣਾ ਲਿਆ ਵਾ, ਤੂੜੀ ਵੀ ਸਾਰਿਆਂ ਨੇ ਬਣਾਈ, ਲਾਗੇ ਬੰਨੇ ਜਾਂਦੇ ਵੀ ਅਤੇ ਹਾਂ ਵਧੀਆ ਕੰਮ ਹੋ ਗਿਆ। ਅਸੀਂ ਤਾਂ ਆਖਿਆ ਸੀ ਨਹੀਂ ਮੀਂਹ ਪੈ ਪੈ ਕੇ ਕੰਮ ਖਤਮ ਹੀ ਹੋ ਜਾਣਾ, ਬਟ ਨਹੀਂ ਰੱਬ ਨੇ ਲਾਏ ਰੱਖ ਲਈ ਥੋੜ੍ਹੀ ਜੀ। ਇੱਕ ਗੱਲ ਹੋਰ ਸੱਚ ਗਾਇਸ, ਫੈਟ ਬਾਈਕ ਦੇ ਜਿਹੜੇ ਨਾ ਗੇਅਰ ਫੇਅਰ ਪੰਗੇ ਪੈ ਗਏ ਆ, ਮਤਲਬ ਫਿਰ ਖਰਾਬ ਹੋ ਗਏ ਆ, ਕਿਉਂਕਿ ਜਿਹਦੇ ਪਾਈਦੇ ਆ ਉਹ ਤੋਂ ਵੱਧ ਪੈ ਜਾਂਦੇ, ਆਪਣੇ ਆਪ ਹੀ ਪਈ ਜਾਂਦੇ, ਆਪਣੇ ਪੇਲ ਨਿਕਲ ਜਾਂਦੇ ਗੇਅਰ। ਜਿਵੇਂ ਕਿ ਮੈਂ ਕਹਿ ਰਿਹਾ ਸੀ ਕਿ ਜਿਹੜੇ ਗੇਅਰ ਖਰਾਬ ਆ, ਦਰਅਸਲ ਨਾ ਗੇਅਰ ਆਪਣੇ ਵੀ ਪੈ ਜਾਂਦਾ ਵਾ, ਆਪਣੇ ਵੀ ਨਿਕਲ ਜਾਂਦਾ, ਪੰਗਾ ਹੀ ਪੈਂਦੇ ਆ, ਹੋਰ ਕੋਈ ਪੰਗਾ ਨਹੀਂ ਪੈਂਦੇ ਆ। ਅਤੇ ਮੈਨੂੰ ਤਾਂ ਇਹ ਲੱਗਦਾ ਕਿ ਮੈਨੂੰ ਹੁਣ ਮਤਲਬ ਗੇਅਰ ਇਹਦੇ ਪੱਕੇ ਜਾਮ ਹੀ ਕਰਾਉਣੇ ਪੈਣੇ ਆ, ਗੇਅਰ ਬੰਦ ਹੀ ਕਰਾਉਣੇ ਪੈਣੇ ਗੇਅਰ ਇਹਦੇ, ਤਾਂ ਕਿ ਜਿਹੜੇ ਗੇਅਰ ਦਾ ਪੰਗਾ ਪਵੇ ਹੀ ਨਾ। ਚਲੋ ਵੇਖਾਂਗੇ ਉਹਦੇ ਫਿਊਚਰ ਦੀਆਂ ਗੱਲਾਂ ਵਾ, ਹੁਣ ਫਿਲਹਾਲ ਤਾਂ ਚੱਲਦਾ ਵਧੀਆ ਚੱਲਣ ਦਿਆ ਵਾ, ਅਤੇ ਜੇ ਗਾਂਹ ਜਿਹੜੀ ਪ੍ਰੋਬਲਮ ਦੂਗਾ ਫਿਰ ਬੰਦ ਕਰ ਦਾਂਗੇ। ਸੋ ਚਲੋ ਚੱਲਦੇ ਹਾਂ ਘਰ ਨੂੰ, ਜਿਹੜਾ ਕੰਮ ਕਰਨਾ ਸੀ ਉਹਦੇ ਕਰ ਲਿਆ ਵਾ, ਮੋਟਰ 'ਤੇ ਵੇਖਣ ਆਏ ਹਾਂ ਥੋੜ੍ਹਾ ਜਿਹਾ ਕੰਮ, ਅਤੇ ਉਹ ਤਾਂ ਹੋ ਗਿਆ ਠੀਕ ਹੈ। ਯਾਰ ਗਾਇਸ ਮੌਸਮ ਚੈੱਕ ਕਰੋ, ਬਦਲਦਾ ਹੀ ਆਉਂਦਾ ਜੀ ਮੌਸਮ, ਤਾਂ ਬਦਲ ਰਿਹਾ ਹੈ, ਠੰਡਾ ਹੋ ਰਿਹਾ ਹੈ। ਚੰਗਾ ਯਾਰ, ਬੜੀ ਗਰਮੀ 'ਚ ਨਾ ਯਾਰ, ਇੰਨੀ ਗਰਮੀ ਦੇ ਵਿੱਚ ਨਾ ਬਾਹਰ ਨਿਕਲਣ ਨੂੰ ਜੀਵ ਨਹੀਂ ਕਰਦਾ, ਅਤੇ ਕੰਟੈਂਟ ਵੀ ਨਹੀਂ ਮਿਲਦਾ, ਇਸ ਕਰਕੇ ਕੱਲ੍ਹ ਵਲੋਗ ਵੀ ਨਹੀਂ ਕੋਈ ਆਇਆ, ਕਿਉਂਕਿ ਗਰਮੀ ਬਹੁਤ ਹੀ, ਕੰਟੈਂਟ ਬਹੁਤ ਘੱਟ ਹੈ। ਬਟ ਅੱਜ ਸੋਚਿਆ ਚਲੋ ਬਣਾਈਏ ਕੋਈ ਨਾ ਕੁਝ, ਅਤੇ ਕਰੀਏ ਗਰਮੀ ਉਹ ਤੋਂ ਪਹਿਲਾਂ ਆਪਾਂ ਤੁਹਾਡੀ ਨਾਲ ਕਰਦੇ ਨਹੀਂ ਸਹੀ ਤਾਂ ਟੱਪਿਆ ਜੇ ਬਣਾ। ਅਤੇ ਗਾਇਸ ਹੁਣ ਚੱਲੇ ਆਪਾਂ ਭਾਂਡੇ ਦਾ ਸਾਬਣ ਲੈਣ ਅਤੇ ਸੈਲਰ ਲੈਣ। ਕੁਲਫੀ ਖਾ ਲਓ ਗਾਇਸ, ਹੋਰ ਕਿਵੇਂ ਉਸਤਾਦ, ਬੜੀਆ। ਔਰ ਰੁਕ ਜਾ ਇੱਕ ਮਿੰਟ, ਆ ਗਏ ਜਵਾਬ, ਖਾਣ ਨੂੰ ਤਾਂ ਮੈਂ ਵੀ ਖਾਣਾ, ਗਲਾ ਕੇ ਖਰਾਬ ਹੋਇਆ ਛੋਟਾ ਬੁਰਾ। ਹੁਣ ਆ ਗਿਆ ਆਪਾਂ ਪਿੰਡ ਦੀ ਦੂਜੀ ਫਿਰਨੀ ਅਤੇ ਦੂਸਰੇ ਪਾਸੇ, ਬੱਦਲ ਵਾਕਈ ਯਾਰ ਨਿਕਲਦਾ ਹੁੰਦਾ ਹੈ ਕਾਫੀ, ਮਤਲਬ ਚੜ੍ਹਦਾ ਜਾਂਦਾ ਜੀ। ਲਓ ਜੀ ਸਾਬਣ ਤਾਂ ਲੈਣ ਤਾਂ, ਬੜੇ ਘੜੀ ਦੇ ਸੈਲੀ ਲੈਂਦੇ, ਘੜੀ ਆੜੀ ਦੇ ਸੈਲ ਡੈਡ ਹੋਏ, ਸੈਲ ਤਾਂ ਪਏ ਆ ਪਰ ਦੋਵੇਂ ਡੈਡ ਆ, ਧੁੱਪੇ ਰੱਖੇ ਸੀ ਚਾਰਜ ਹੋ ਕੇ ਹੋਇਆ, ਬਟ ਮੈਨੂੰ ਯਾਦ ਹੁਣ ਗੱਲ ਨਹੀਂ ਮੈਂ ਚਾਰਜ ਉਰਜਾ ਲਈ। ਚੱਲ ਪੀ ਓਏ, ਚੱਲ ਪੀ ਚੱਲ ਪੀ ਚੱਲ ਪੀ, ਬਣ ਗਈ ਗੱਲ। ਟਾਈਮ ਤੁਸੀਂ ਵੇਖਦੇ ਇੰਨਾ ਹੋ ਗਿਆ ਜੀ, ਪੂਰੇ 4:20 ਸੇ ਗਾਇਸ, ਅਤੇ ਹੁਣ ਮੈਂ ਇੱਥੇ ਲਾਤਾ ਸਾਈਕਲ, ਅਤੇ ਹੁਣ ਮੈਂ ਕਰ ਲੱਗਾ ਰਿਮੂਵ, ਜਿਵੇਂ ਕਿ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਮੈਂ ਰਿਮੂਵ ਕਰ ਦੇਣੇ, ਕਿਉਂਕਿ ਲੱਥ ਰਹੀ ਜਾਂਦੇ ਇੱਥੇ, ਇਹਨਾਂ ਦਾ ਕੋਈ ਫਾਇਦਾ ਵੀ ਨਹੀਂ ਡੈਗਣ, ਆਪਾਂ ਸਿੱਧਾ ਰੈਡੀਮੇਡ ਹੀ ਲੈ ਕੇ ਲਾਵਾਂਗੇ ਹੁਣ ਇਹਨਾਂ ਦੇ। ਲੱਥ ਗਿਆ ਭਰਾ, ਲੱਥ ਗਿਆ, ਲੱਥ ਗਿਆ, ਬਸ ਆ ਵੀ ਲੱਥ ਗਿਆ, ਕਿ ਲਓ ਜੀ ਥੋੜ੍ਹਾ ਜਿਹਾ ਰਹਿ ਗਿਆ, ਘੁੰਗਰੂ ਵੀ ਆ ਗਿਆ ਬਾਹਰ, ਇਹਦਾ ਨਾ ਹੀ ਘੁੰਗਰੂ ਰੱਖਿਆ ਮੈਂ, ਘੁੰਗਰੂ ਵਾਂਗੂ ਭਾਈ ਦੱਸਦਾ ਇੱਦਾਂ ਚੜੇਲ ਨਹੀਂ ਭਾਈ ਦੀ ਰਾਤ ਨੂੰ, ਉਹਦੀ ਰਾਤ ਨੂੰ ਘੁੰਗਰੂ ਖੜਕਾਉਂਦੀ ਉਵੇਂ ਭੱਜਦਾ ਜੀ ਵੀ ਘੁੰਗਰੂ। ਚਲੋ ਆ ਵੀ ਲਾਉਂਦੇ ਯਾਰ, ਚਲੋ ਦੋ ਲੱਥ ਗਈਆਂ ਹੁਣ ਇੱਕੋ ਰਹਿ ਗਈ, ਆਹ ਵੈਸੇ ਪੂਰੀ ਪ੍ਰੋਪਰ ਲੱਗੀ ਆ ਬਟ ਲੱਥ ਜਾਣੀ ਹੈ ਜੀ। ਨੈਕਸਟ ਟਾਈਮ ਨਾ ਯਾਰ ਵਧੀਆ ਟੇਪ ਲਿਆ ਕੇ ਲਾਉਣੀ, ਜਿਹੜੀ ਦੂਜੀ ਨਾ ਜਿਹੜੀ ਪ੍ਰੋਪਰ ਟੇਪ ਹੋਵੇ ਨਾ ਵਧੀਆ ਲੱਗ ਜਾਂਦਾ। ਅਗਲੇ ਟਾਇਰ ਦੀ ਤਾਂ ਲਾਤੀ ਪਸਾਰੀ ਕਰਤਾ ਇੱਕ ਰਿਪੇਅਰ ਸਹੀ, ਅਤੇ ਹੁਣ ਆਹ ਰਹਿ ਗਿਆ ਜਿਹੜੀ ਆ ਜ਼ਿਆਦਾ ਵਧੀਆ ਲੱਗੀ ਸੀ ਨਾ, ਇਹਨੇ ਥੋੜ੍ਹਾ ਜਿਹਾ ਔਖਾ ਕਰਨਾ ਕੰਮ। ਲਓ ਜੀ ਸਾਰੇ ਲਾ ਦੀ ਟੇਪ, ਆਪਾਂ ਇੰਨੀ ਟੇਪ ਨਿਕਲ ਗਈ, ਮੁੱਠੀ ਭਰ ਬੋਲ ਬਣ ਗਈ ਇੱਕ ਦੀ ਟੇਪ ਦੀ, ਕਾਲ ਟਾਇਰ ਦੀ ਤਾਂ ਮਹਾਂ ਲੱਸੀ ਬੜੀ ਔਖੀ ਲੱਸੀ ਯਾਰ, ਕਾਲੇ ਰੰਗ ਜਿਹੜੇ ਫੇਟ। ਬਾਕੀ ਕਮੈਂਟ ਕਰਕੇ ਦੱਸਿਆ ਹੁੰਦਾ ਤੂੰ ਮੂਸਲੇ ਲਾ ਦਾਂ ਕਿ ਰਹਿਣ ਦਾ, ਕੀ ਆ ਵੇਖੋ ਢਿੱਲੀ ਹੋ ਗਈ ਨਾ ਵੀ, ਤੂੰ ਲਾ ਹੀ ਦਿੰਦਾ ਯਾਰ, ਲਾ ਦੇ ਲੱਗ ਜੇ ਕਿਤੇ ਲੋਕ। ਗਾਇਸ ਸਿੱਧੂ ਮੂਸੇਵਾਲੇ ਦਾ ਸਟਿੱਕਰ ਲਾ ਕੇ ਧਿਆਨ ਨਾਲ ਪਈ ਪਾੜ ਤਾਂ ਜ਼ਿਆਦਾ,
ਇਹ ਲਾ ਕੇ ਆਪਾਂ ਲਾ ਦਿੰਦੇ ਹਾਂ ਇੱਧਰ ਸ਼ੀਸ਼ੇ 'ਤੇ, ਸ਼ੀਸ਼ੇ 'ਤੇ ਇੱਥੇ ਲਾ ਦਿੰਦੇ ਹਾਂ। ਬਸ ਜੁੜ ਗਿਆ, ਹਾਂ ਇੱਥੇ ਸਹੀ ਰਹਿੰਦਾ ਵਾ। ਤੂੰ ਸਾਈਕਲ 'ਤੇ ਲੱਤ ਰਹਿ ਜਾਂਦੇ ਨਾਲ ਲਿਆ, ਵੇਖੋ ਸਾਰੀ ਬੂੰਦ ਖਤਮ ਹੋ ਗਈ ਤੁਹਾਨੂੰ ਕਰਾਉਂ। ਵਧੀਆ ਲੱਗ ਗਿਆ ਇੱਥੇ, ਬਾਕੀ ਸਭ ਤੋਂ ਵਧੀਆ ਮਜੈਲ ਫਿੱਟ ਹੋਇਆ ਜੀ। ਇੱਕ ਹੋਰ ਲੈ ਕੇ ਨਾ ਮਜੈਲ ਇੱਦਾਂ ਦਾ, ਬਟ ਉਹ ਲਿਆਉਣਾ ਮੈਂ ਰੈੱਡ ਕਲਰ 'ਚ, ਰੈੱਡ ਕਲਰ 'ਚ ਲੱਗ ਇੱਥੇ ਲਾ ਦਿੰਦਾ। ਆਹ ਵੀ ਲਾ ਦਿੰਦਾ ਮੈਂ, ਆਹ ਵੀ ਲੱਥ ਜਾਣਾ, ਆਹ ਵੀ ਲਾ ਕੇ ਲੱਗੇ। ਵੈਸੇ ਲੱਗਾ ਤਾਂ ਸਹੀ, ਚੁੜਕ ਸਹੀ ਆ ਇੱਥੇ, ਬਟ ਗਾਹ ਤੋਂ ਇੱਦਾਂ ਸਟਿੱਕਰ ਲਿਆਉਣਾ ਕੋਈ ਵੀ, ਹੋਰ ਕੋਈ ਵਧੀਆ ਲਿਆਵਾਂਗੇ। ਅਤੇ ਇਹ ਲਾਲਾ ਤਾਂ ਸਹੀ ਆ, ਬਸ ਆਹ ਥੋੜ੍ਹਾ ਜਿਹਾ ਰਹਿ ਗਿਆ ਕਿ ਇਹ ਲਾ ਦਈਏ, ਅੰਗੂਠਾ ਆ। ਚਲੋ ਬਈ, ਅਤੇ ਅੱਜ ਗਾਇਸ ਮੈਂ ਜਿੰਮ ਨਹੀਂ ਗਿਆ ਕਿਉਂਕਿ ਮੈਂ ਨਾ ਡੰਬਲ ਲੈ ਆਉਣੇ ਆਪਣੇ ਫਰੈਂਡ ਘਰੋਂ ਹੀ। ਉਹਦੇ ਘਰ ਡੰਬਲ ਹੈਗੇ ਤਾਂ 5 ਅਤੇ 10 ਦੇ ਡੰਬਲ ਆਖਣ ਦੇ ਹੈਗੇ ਆ, ਅਤੇ ਉਹ ਮੈਂ ਲੈ ਆਉਣੇ ਘਰੇ ਹੀ। ਨਾਲੇ ਵੈਸੇ ਵੀ ਨਾ ਮੈਂ ਵੀ ਇੱਕ ਦਿਨ ਛੱਡ ਕੇ ਜਿੰਮ ਜਾਣਾ ਚਾਹੀਦਾ ਵਾ, ਕਿ ਰੋਜ਼ ਜਾਣ ਨਾਲ ਜਿਹੜਾ ਆਪਣਾ ਸਰੀਰ ਥੱਕ ਜਾਂਦਾ ਜ਼ਿਆਦਾ। ਅਤੇ ਗਾਇਸ ਚੱਲਿਆ ਹਾਂ ਖੇਡਣ, ਅਤੇ ਆਹ ਚੀਜ਼ ਦੇਖੀ ਸਾਈਕਲ ਦੀ, ਇਹਨਾਂ ਦੱਸਦਾ ਕਿੱਥੋਂ ਲੱਤੀ ਬਲਾ ਏ। ਇਹ ਲੱਤੀ ਜੇ ਸਾਈਕਲ ਦੀ ਇੱਧਰਲੀ ਸਾਈਡ ਇੱਥੇ ਪੈਣੀ, ਪਰਲੀ ਸਾਈਡ ਵਾਲੀ ਹੈਗੀ ਹੈਗੀ ਆ। ਸਾਈਕਲ ਪਾਈ ਹਿਲਾਤਾ ਵਾ, ਹੁਣ ਚੱਲੀਏ ਖੇਡਣ, ਬੈਟ ਬਾਲ ਖੇਡਦੇ ਹਾਂ ਕਿ ਤਾਲ ਲਏ। ਸਾਰੇ ਨਹੀਂ ਖੇਡਦੇ ਬੈਟ ਬਾਲ। ਚਲੋ ਕਹਿੰਦੇ ਬੋਲਿੰਗ ਕਰਾਉਣ ਲੱਗੇ ਨੇ, ਵਲੌਗਰ ਸਾਹਿਬ ਔਨ ਸਟ੍ਰਾਈਕ, ਸਾਹਮਣੇ ਮੀਡੀਅਮ ਪੇਸਸ ਬੋਲਰ। ਓਏ ਸ਼ਾਟ, ਸੋ ਹੇ ਗਾਇਸ, ਅਤੇ ਹੁਣ ਗਾਇਸ ਖੇਡ ਕੇ ਆਪਾਂ ਬੈਟ ਬਾਲ, ਅਤੇ ਘਰ ਆ ਗਏ। ਅਤੇ ਹੁਣ ਤਾਂ ਮੈਂ ਜੀਵ ਖੋਣੀ ਹਜੇ ਇੱਕ ਦਿਖਾਉਣਾ, ਇੱਕ ਚੈੱਕ ਕਰੋ ਗਾਇਸ, 10-10 ਕਿਲੋ ਦੇ ਬਾਅਦ 2 ਡੰਬਲ ਲੈਣਤੇ ਆ। ਮੈਨੂੰ ਪਹਿਲਾਂ ਲੱਗਾ 5 ਕਿਲੋ ਦੇ ਆ, ਬਟ ਨਹੀਂ ਹੈ 10 ਦੇ, ਕਿਉਂਕਿ 2.5 ਦਾ 1 ਹੋਇਆ, 2.5-2.5-5 10 ਹੋ ਗਏ, ਅਤੇ ਇੱਦਾਂ ਹੀ ਬਸ ਕਰ ਲਏ ਦੋਵੇਂ, ਟੋਟਲ 20 ਕਿਲੋ ਹੋਇਆ ਵੇਟ। ਅਤੇ 2 ਲੈਣਤੇ ਆ, 2 ਡੰਬਲ ਲੈਣਤੇ ਆ, ਅਤੇ 2-3 ਹੋਰ ਹੈਗੇ ਉੱਥੇ, ਉਹ ਵੀ ਵੇਖ ਲਵਾਂਗੇ, ਜੇ ਇਹਨਾਂ ਦਾ ਆਪਣਾ ਰੂਟੀਨ ਬੱਜ ਗਿਆ ਤਾਂ ਫਿਰ ਉਹ ਵੀ ਲਾਇਆ ਕਰਾਂਗੇ। ਸੋ ਹਾਂ, ਸੋ ਗਾਇਸ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਂ ਹੋਰ ਲੈ ਕੇ ਆਵਾਂ ਸਟਿੱਕਰ ਇੱਥੇ ਲਾਉਣ ਨੂੰ ਫੈਟ ਬਾਈਕ 'ਤੇ ਕਿ ਨਾ ਲਿਆਵਾਂ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਮੈਨੂੰ। ਮੈਨੂੰ ਲੱਗਦਾ ਕਿ ਮੈਨੂੰ ਮੋਡੀਫਾਈ ਕਰਨੀ ਚਾਹੀਦੀ ਫਿਰ ਇੱਕ ਵਾਰੀ। ਹਾਂ, ਅਤੇ ਜੇ ਵਧੀਆ ਵਿਊ ਆ ਗਿਆ ਵੀਡੀਓ 'ਤੇ ਤਾਂ ਫਿਰ ਮੈਂ ਜ਼ਰੂਰ ਮੋਡੀਫਾਈ ਕਰੂੰਗਾ ਇਹਨੂੰ। ਸੋ ਠੀਕ ਹੈ ਫਿਰ ਗਾਇਸ, ਅੱਜ ਦੇ ਵਲੌਗ 'ਚ ਇੰਨਾ ਹੀ, ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ। ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਅਗਲੇ ਵਲੌਗ ਦੇ ਵਿੱਚ, ਚੈਨਲ ਜਲਦੀ ਟਾਟਾ ਅਤੇ ਬਾਏ ਬਾਏ।